ਨੇ ਕੁਆਂਟਮ ਆਫ ਸੈਂਟੈਂਸ ਅਨਾਉਂਸ ਕਰਨ ਤੋਂ ਪਹਿਲੇ ਦੋਨਾਂ ਧਿਰਾਂ ਦੀ ਸਾਈਡ ਨੂੰ ਸੁਣਿਆ ਉਹਦੇ ਵਿੱਚ ਸੀਬੀਆਈ ਕੌਂਸਲ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੈ ਡੈਥ ਸੈਂਟੈਂਸ ਦਿੱਤੀ ਜਾਣੀ ਚਾਹੀਦੀ ਹੈ ਅਗਰ ਤੁਸੀਂ ਡੈਥ ਸੈਂਟੈਂਸ ਨਹੀਂ ਦਿੰਦੇ ਤੇ ਘੱਟੋ ਘੱਟ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਟਿਲ ਟੂ ਡੈਥ ਵਿਦ ਕੰਡੀਸ਼ਨ ਕਿ ਇਹਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕੋਰਟ ਨੇ ਸਾਡੇ ਕੋਲ ਜਿਹੜਾ ਪੁੱਛਿਆ ਕਿ ਤੁਹਾਡਾ ਕੀ ਵਿਊ ਹੈਗਾ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਤਾਰਾ ਨੇ ਲਿਖਤੀ ਤੌਰ ਤੇ ਕੋਰਟ ਨੂੰ ਦਿੱਤਾ ਕਿ ਮੈਨੂੰ ਜਿਹੜਾ ਬੇਨ ਸਿੰਘ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈਗਾ ਪਰ ਜਿਹੜੇ 17 ਬੰਦੇ ਨਾਲ ਜਿਹੜੇ ਬੇਗੁਨਾਹ ਮਰੇ ਨੇ ਉਹਨਾਂ ਦਾ ਮੈਨੂੰ ਦੁੱਖ ਹੈ ਉਹ ਕਹਿੰਦੇ ਨੇ ਕਿ ਅਗਰ ਇੱਕ ਜ਼ਾਲਮ ਬੰਦੇ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹ ਲੋਕਾਂ ਦੇ ਕਤਲ ਬਚਾਏ ਜਾ ਸਕਦੇ ਨੇ ਤਾਂ ਫਿਰ ਇਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਅਸੀਂ ਜਿਹੜਾ ਬੇਨ ਸਿੰਘ ਨੂੰ ਮਾਰ ਕੇ ਜ਼ੁਲਮੀ ਰਾਜ ਦਾ ਖਾਤਮਾ ਕੀਤਾ ਫਿਰ ਉਹ ਕਹਿੰਦਾ ਕਿ ਜਿਹੜਾ ਮੈਂ ਇਹ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਦਿੱਲੀ ਦੇ ਖਿਲਾਫ ਦਿੱਲੀ ਹਕੂਮਤ ਦੇ ਖਿਲਾਫ ਮੈਂ ਉਹ ਲਗਾਤਾਰ ਲੜੀ ਹੈ ਜਿਹੜਾ ਇਹ ਆਜ਼ਾਦੀ ਦੀ ਲੜਾਈ ਹੈ ਇਹ ਲਗਾਤਾਰ ਜਾਰੀ ਰਹੇਗੀ ਫਿਰ ਭਾਈ ਤਾਰੇ ਨੇ ਇਹ ਗੱਲ ਸਮਿਸ਼ਨ ਕੋਰਟ ਨੂੰ ਕੀਤੀ ਹੈ ਕਿ ਮੈਂ ਜੀ ਫਾਂਸੀ ਤੋਂ ਬਾਅਦ 100 ਵਾਰੀ ਵੀ ਜਨਮ ਲਵਾਂਗਾ ਤੇ ਮੈਂ 100 ਵਾਰੀ ਜਿਹੜੀ ਹੈ ਜਦੋਂ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲਦੀ ਮੈਂ ਇਹ ਸੰਘਰਸ਼ ਲੜਦਾ ਰਹਾਂਗਾ।